ਸਤਿਗੁਰ ਨਿਊਜ਼ਲੈਂਡ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਇੱਥੇ ਹਾਜ਼ਰ ਹੋਈ ਹਾਂ ਲੈ ਕੇ ਸਪੈਸ਼ਲ ਰਿਪੋਰਟ। ਅੱਜ ਕੱਲ ਦੇਸ਼ 'ਚ ਵੱਧ ਰਹੀ ਤੇਲ ਦੀ ਕੀਮਤਾਂ ਨੇ ਆਮ ਆਦਮੀ ਦੇ ਨੱਕ 'ਚ ਦਾਮ ਕਰ ਦਿੱਤਾ ਹੈ, ਜਿਹਦੇ ਕਰਕੇ ਅੱਜ ਕੱਲ ਪੈਟਰੋਲ ਪੰਪਾਂ ਦੇ ਗ੍ਰਾਹਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਪੈਸੇ ਤਾਂ ਪੂਰੇ ਦਿੰਦੇ ਆ ਪਰ ਉਹਨਾਂ ਨੂੰ ਤੇਲ ਪੂਰਾ ਨਹੀਂ ਮਿਲਦਾ, ਜਿਹਦੇ ਕਰਕੇ ਜਾਣੇ ਅਣਜਾਣੇ 'ਚ ਉਹ ਆਪਣਾ ਨੁਕਸਾਨ ਕਰਾ ਬੈਠਦੇ ਆ। ਲੇਕਿਨ ਅੱਜ ਮੈਂ ਤੁਹਾਨੂੰ ਅਜਿਹੇ ਤਰੀਕੇ ਦੱਸਾਂਗੀ ਜਿਹਦੇ ਕਰਕੇ ਤੁਸੀਂ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਦੇ ਆ। ਆਈ ਨਜ਼ਰ ਪਾਉਂਦੇ ਆ ਹੁਣ ਅੱਜ ਦੇ ਇਹੋ ਜਿਹੇ ਤਰੀਕਿਆਂ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਖਾਲੀ ਟੈਂਕੀ 'ਚ ਤੇਲ ਭਰਾਉਣ ਨਾਲ ਨੁਕਸਾਨ ਹੁੰਦਾ ਹੈ, ਕਿਉਂਕਿ ਟੈਂਕੀ ਜਿੰਨੀ ਖਾਲੀ ਹੋਵੇਗੀ ਉਸ 'ਚ ਉਨੀ ਹੀ ਹਵਾ ਮੌਜੂਦ ਰਹੇਗੀ ਅਤੇ ਜੇਕਰ ਤੁਸੀਂ ਇਸ ਦੌਰਾਨ ਤੇਲ ਭਰਾਉਂਦੇ ਹੋ ਤਾਂ ਹਵਾ ਦੇ ਕਾਰਨ ਸਾਨੂੰ ਤੇਲ ਘੱਟ ਮਿਲ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੇਲ ਨੂੰ ਹਮੇਸ਼ਾ ਰਿਜ਼ਰਵ ਦੇ ਵਿੱਚ ਹੀ ਭਰਾਓ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਪੈਟਰੋਲ ਪਵਾਉਣ ਦੇ ਸਮੇਂ ਕਈ ਵਾਰ ਮੀਟਰ ਰੁਕ ਰੁਕ ਕੇ ਵੀ ਚੱਲਦਾ ਹੈ, ਜਿਸ ਦਾ ਖਾਮਿਆਜ਼ਾ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜੋ ਇਸ ਤੋਂ ਜਾਣੂ ਨਹੀਂ ਹਨ। ਸੋ ਤੇਲ ਭਰਾਉਂਦੇ ਸਮੇਂ ਅਜਿਹੀ ਮਸ਼ੀਨ ਤੋਂ ਜਿੰਨਾ ਬਚਿਆ ਜਾ ਸਕੇ ਉਨਾ ਚੰਗਾ ਹੈ। ਜ਼ਿਆਦਾਤਰ ਲੋਕ ਤੇਲ ਪਵਾਉਣ ਵੇਲੇ ਕਾਰ 'ਚੋਂ ਬਾਹਰ ਨਹੀਂ ਆਉਂਦੇ, ਜਿਸ ਦਾ ਫਾਇਦਾ ਕਈ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਕਰਮਚਾਰੀ ਚੁੱਕਦੇ ਨੇ ਅਤੇ ਤੁਹਾਡੇ ਨਾਲ ਚਲਾਕੀ ਵੀ ਕਰ ਲੈਂਦੇ ਨੇ। ਹਮੇਸ਼ਾ ਤੇਲ ਪਵਾਉਂਦੇ ਸਮੇਂ ਮੀਟਰ ਦੇਖ ਲਵੋ, ਜੇਕਰ ਮੀਟਰ ਸਿਫਰ 'ਤੇ ਹੈ ਤਾਂ ਹੀ ਤੇਲ ਪਵਾਓ। ਇਹ ਵੀ ਦੇਖ ਲਓ ਕਿ ਮੀਟਰ ਦੀ ਰੀਡਿੰਗ ਕਿਸ ਫਿਗਰ ਤੋਂ ਸ਼ੁਰੂ ਹੋ ਰਹੀ ਹੈ, ਕਿਉਂਕਿ ਇਸ ਦੌਰਾਨ ਗਾਹਕਾਂ ਦੇ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਤੇਲ ਪਵਾਉਂਦੇ ਸਮੇਂ ਜੇਕਰ ਮੀਟਰ ਤੇਜ਼ ਚੱਲ ਰਿਹਾ ਤਾਂ ਸਮਝ ਲਓ ਕਿ ਕੁਝ ਗੜਬੜ ਹੈ। ਅਜਿਹੇ ਵਿੱਚ ਪੰਪ ਕਰਮਚਾਰੀ ਨੂੰ ਮੀਟਰ ਨੋਰਮਲ ਕਰਨ ਲਈ ਕਹੋ, ਕਿਉਂਕਿ ਜਿੰਨਾ ਤੇਜ਼ ਮੀਟਰ ਚੱਲੇਗਾ ਤੁਹਾਡੀ ਜੇਬ ਉਨੀ ਜਲਦੀ ਹੀ ਹਲਕੀ ਹੋਵੇਗੀ। ਇਹ ਸਨ ਕੁਝ ਗੱਲਾਂ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਪੈਟਰੋਲ ਪੰਪ 'ਤੇ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਅਤੇ ਇੱਕ ਸਮਾਰਟ ਗ੍ਰਾਹਕ ਸਿੱਧ ਹੋ ਸਕਦੇ ਹੋ। ਬਿਊਰੋ ਰਿਪੋਰਟ, ਦਾ ਨਿਊਜ਼ਲੈਂਡ।